ਲਓ ਮੇਰਾ ਵੈਲਕਮ ਗਾਇਸ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕਮ ਭਾਈ ਕੀ ਹਾਲ ਚਾਲ ਆ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਪਰ ਆਪਾਂ ਥੋੜੇ ਜਿਹੇ ਖਰਾਬ ਆਪਣਾ ਗਲਾ ਜਿੱਦਾਂ ਤੁਸੀਂ ਦੇਖ ਸਕਦੇ ਮੇਰੀ ਆਵਾਜ਼ ਥੋੜੀ ਜੀ ਗਲਾ ਆਪਣਾ ਖਰਾਬ ਹੋਇਆ ਪਿਆ ਬਾਈ ਕਿਉਂ ਕੀ ਮੁੰਡੇ ਹੋ ਬਰਫ ਦਾ ਮਾਹੌਲ ਆ ਪਰ ਮਤਲਬ ਕਿ ਠੰਡ ਹੋਈ ਪਈ ਆ ਬਾਈ ਤਾਂ ਕਰਕੇ ਮੌਸਮ ਚੇਂਜ ਕਰਦੇ ਆ ਆਪਣੇ ਟਰੈਵਲ ਦਾ ਟੂਰ ਪਰ ਬਾਈ ਠੰਡ ਨਹੀਂ ਲੱਗਦੀ ਜਿੱਦਾਂ ਤੁਸੀਂ ਦੇਖ ਸਕਦੇ ਆ ਪਰ ਮੁੰਡਾ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਡੇ ਕਮੈਂਟ ਸਾਰਿਆਂ ਦੇ ਪੜ੍ਹੇ ਬਾਈ ਤੁਸੀਂ ਕਿਹਾ ਸੀ ਬਾਈ ਬਰਫ ਵਿੱਚ ਆਫ ਰੋਡਿੰਗ 'ਤੇ ਜਾਓ ਬਾਈ ਅਤੇ ਮੁੰਡੇ ਜਿੱਦਾਂ ਤੁਸੀਂ ਦੇਖ ਸਕਦੇ ਆ ਅੱਜ ਆਪਣੇ ਕੋਲ ਹੈਗੀ ਆ ਫੋਰਡ ਵਾਲਿਆਂ ਦੀ ਐਂਡੈਵਰ ਹੀ ਆ ਨਾ ਐਵਰੈਸਟ ਕੀ ਕਹਿੰਦੇ ਹੁੰਦੇ ਆ ਐਂਡੈਵਰ ਹੀ ਕਹਾਂਗੇ ਇਹਨੂੰ ਅਤੇ ਫੋਰਚੂਨਰ ਕਿਹੜੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਅਤੇ ਇੱਕ ਹੈਗੀ ਆਪਣੀ ਬਾਈ ਬੱਗੀ ਕਬੂਤਰੀ ਸਕਾਰਪੀਓ ਕਾਲੀ ਜਿੱਦਾਂ ਤੁਸੀਂ ਦੇਖ ਸਕਦੇ ਆ ਪਰ ਆ ਬਾਈ ਕਦੇ ਵਿੱਚ ਬੈਠੀ ਜਾਂਦਾ ਕਦੇ ਉਤਰੀ ਜਾਂਦਾ ਇਹ ਆਪਣਾ ਭਈਆ ਬਾਈ ਸੋ ਇਹਨੂੰ ਮੈਂ ਕਿਹਾ ਬਾਈ ਅੱਜ ਆਪਾਂ ਜਾਣਾਂਗਾ ਗੇੜੀ 'ਤੇ ਸੋ ਆਪਾਂ ਗੱਡੀ ਚਲਾਉਣੀ ਆ ਬਾਈ ਆਹ ਵਾਲੀ ਪਹਿਲਾਂ 3 ਲੀਟਰ ਆ ਬੱਲੇ 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 ਫੋਰਚੂਨਰ ਸਕਾਰਪੀਓ ਐਂਡੈਵਰ ਸੋ ਇਹਨੂੰ ਮੈਂ ਕਿਹਾ ਜੇ ਮੇਰੇ ਨਾਲ ਜਾਣਾ ਬਾਈ ਤਾਂ ਪਿੱਛੇ ਪਿੱਛੇ ਲਾਲਾ ਬਾਈ ਕਿਉਂਕਿ ਮੌਸਮ ਚੈੱਕ ਕਰੋ ਮੇਰੇ ਵੀਰੇ ਬਰਫ਼ ਪਈ ਆ ਅਤੇ ਆਪਣੀ ਆ ਝੋਟੀ ਅਰੇ ਹੋਏ ਹੋਏ ਕਿੱਦਾਂ ਬਾਈ ਕਿੱਦਾਂ ਦੀ ਅਰੇ ਆਵਾਜ਼ ਬੜੀ ਵਧੀਆ ਆਏ ਦੀ ਅਤੇ ਇਹਨੂੰ ਮੈਂ ਕਿਹਾ ਬਾਈ ਆਜਾ ਨਾਲੇ ਆਪਣੀ ਸਕਾਰਪੀਓ ਦੀ ਬਾਈ ਚੈਕਿੰਗ ਹੋ ਜੂਗੀ ਅਤੇ ਦੇਖਦੇ ਹਾਂ ਜੀ ਆਉਂਦਾ ਹੁਣ ਪਰ ਕਬੂਤਰ ਦੇਖੋ ਬਾਈ ਕਦੇ ਗੱਡੀ ਵਿੱਚ ਬਹਿੰਦਾ ਕਦੇ ਕੀ ਕਰਦਾ ਮੈਨੂੰ ਇਹਦੀ ਨਹੀਂ ਸਮਝ ਲੱਗਦੀ ਬਾਈ ਪਰ ਆਪਾਂ ਜਾਣਾ ਮੁੰਡਿਓ ਅੱਜ ਦੂਜੀ ਪਹਾੜ 'ਤੇ ਆਜਾ ਮੇਰਾ ਬਾਈ ਵੈਰੀ ਗੁੱਡ ਨਹੀਂ ਰੀਸਾ ਆਪਾਂ ਚਲਾਉਣੀ ਆ ਐਂਡੈਵਰ ਅਤੇ ਹੁਣ ਤੁਹਾਨੂੰ ਦਿਖਾ ਦਈਏ ਜੇ ਉਹ ਆਉਂਦਾ ਕੁੱਕੜ ਪਿੱਛੇ ਅਰੇ ਅਰੇ ਉਹ ਰੋਕ ਲਈ ਬਾਈ ਯਾਰ ਚਲੋ ਉਹ ਆਈ ਜਾਊਗਾ ਬਾਈ ਹੌਲੀ ਹੌਲੀ ਪਿੱਛੇ ਪਰ ਜਿਹੜੀ ਆ ਆਪਣੀ ਗੱਡੀ ਆ ਇਹ ਤੁਸੀਂ ਚੈੱਕ ਕਰੋ ਮਾੜੀ ਕੁ ਪਰ ਹੈ ਤਾਂ ਹੈਗੀ ਸੀ ਇਹ ਸਿੱਧੂ ਬਾਈ ਕੋਲ ਵੀ ਸੀਗਾ ਜਿਹੜੇ ਆਪਣੇ ਐਪੀਸੋਡ ਫੋਲੋ ਕਰਦੇ ਆ ਬਾਈ ਸਿੱਧੂ ਦੀ ਹਵੇਲੀ 'ਚ ਵੀ ਖੜੀ ਹੁੰਦੀ ਸੀ ਐਂਡੈਵਰ ਸੋ ਇਹ ਉਹਨਾਂ ਦੀ ਲੱਗਦੀ ਆ ਮੈਨੂੰ ਲੱਗਦਾ ਕਿਉਂਕਿ ਨੰਬਰ ਪਲੇਟ ਚੈੱਕ ਕਰੋ ਤੁਸੀਂ ਆਪਣੀ ਤਾਂ ਨਹੀਂ ਬਾਈ ਆਪਣੇ ਲਈ ਆ ਭਈਆ ਲੈ ਕੇ ਆਇਆ ਸੀ ਅਤੇ ਭਈਏ ਨੂੰ ਆਪਾਂ ਆਪਣੀ ਸਕਾਰਪੀਓ ਫੜਾਤੀ ਫਿਰ ਪਰ ਉਹ ਮਾਮਾ ਹੀਰ ਦਾ ਪਤਾ ਨਹੀਂ ਕਿੱਧਰ ਫਿਰਦਾ ਮੁੰਡੇ ਸੋ ਅੱਜ ਆਹਲੀ ਗੱਡੀ ਨਾਲ ਮੁੰਡੇ ਆਪਾਂ ਕਰਨੀ ਆ ਆਫ ਰਾਈਡਿੰਗ ਇੱਦਾਂ ਨਹੀਂ ਕਿ ਮਤਲਬ ਤੁਸੀਂ ਆਪਾਂ ਉਹ ਪਹਾੜ ਦੇ ਉੱਤੇ ਜਾਣਾ ਪਹਾੜਾਂ ਬਾਈ ਇਹ 'ਚ ਹੋਰ ਵੀ ਬਹੁਤ ਆ ਅਤੇ ਆਪਾਂ ਸਿੱਧਾ ਹੀ ਜਾਣਾ ਇੱਥੋਂ ਸੋ ਤਾਂ ਕਰਕੇ ਮੈਂ ਕਹਿੰਦਾ ਗਾ ਇਦੋਂ ਪਹਿਲਾਂ ਕਿ ਇੱਥੇ ਮੌਸਮ ਮੀਂਹ ਮੂੰਹ ਵੀ ਆਵੇ ਬਰਫ਼ ਦੇ ਵਿੱਚ ਮੀਂਹ ਵੀ ਆ ਜਾਂਦੇ ਹੁੰਦੇ ਤੁਹਾਨੂੰ ਪਤਾ ਇਹ ਤਾਂ ਕਨੇਡਾ ਵਾਲਾ ਹਾਲ ਹੋਇਆ ਪਿਆ ਬਾਈ ਇੰਨੀ ਬਰਫ਼ ਪਈ ਆ ਸਮਝ ਨਹੀਂ ਲੱਗਦਾ ਪਿਆ ਪਰ ਵਿੱਚ ਆਹ ਜਿਹੜਾ ਸੂਰਜ ਨਿਕਲਿਆ ਨਾ ਬਾਈ ਇਹ ਘੈਂਟ ਲੱਗਦਾ ਉਹ ਮੈਂ ਨਾ ਇੱਥੇ ਰੋਕਾਂ ਬਾਈ ਇੱਥੇ ਲਾ ਲੈਂਦੇ ਹਾਂ ਸਾਈਡ 'ਤੇ ਕਿਉਂਕਿ ਨਾ ਆਪਣੀ ਸਕਾਰਪੀਓ ਵਾਲਾ ਬੱਗਾ ਕਬੂਤਰ ਉਹਦੀ ਵੇਟ ਕਰਦੇ ਹਾਂ ਇਸ਼ਾਰਾ ਦੇ ਲਈਏ ਇਸ਼ਾਰੇ ਵੀ ਚੱਲਦੇ ਆ ਮੁੰਡੇ ਇੱਦਾਂ ਨਾ ਸਮਝ ਇਸ਼ਾਰਾ ਦੇ ਲਈਏ ਡਰਾਈਵਰ ਉੱਤਰ ਅਤੇ ਉਹ ਮਾਮੇ ਦੀ ਵੇਟ ਕਰਦੇ ਉਹਨਾਂ ਟਾਈਮ ਨਾ ਇੱਥੋਂ ਬਾਈ ਆ ਦੇਖੋ ਇੰਨੀ ਠੰਡ 'ਚ ਕੇਲੇ ਕੂਲੇ ਸਾਰਾ ਕੁਛ ਇੱਥੇ ਸੁੰਗੜਿਆ ਪਿਆ ਮਾਮਾ ਕੇਲੇ ਕਿੰਨੇ ਦਿਨ ਆਏ ਆ ਕੇਲਿਆਂ ਨੂੰ ਵੀ ਬਰਫ਼ ਪਈ ਪਈ ਬਾਈ ਯਾਰ ਚੱਲ ਸਹੀ ਆ ਲਓ ਬਾਈ ਆਪਾਂ ਲੈ ਲਿਆ ਇੱਥੋਂ ਫਲ ਫਰੂਟ ਅਤੇ ਆਪਣਾ ਭਈਆ ਸਨਾਈਪਰ ਨਾਲ ਹੀ ਦੇਖੀਏ ਦੂਰਬੀਨ ਤਾਂ ਆਪਣੇ ਕੋਲ ਹੈ ਨਹੀਂ ਬਾਈ ਯਾਰ ਸਨਾਈਪਰ ਨਾਲ ਹੀ ਦੇਖਣਾ ਪੈਣਾ ਕਿੱਧਰ ਰਹਿ ਗਿਆ ਮਾਮਾ ਹੀਰ ਦਾ ਬਾਈ ਅਰੇ ਬਾਈ ਬਾਈ ਪਤਾ ਨਹੀਂ ਕਿੱਧਰ ਰਹਿ ਗਿਆ ਚਲੋ ਗਾਈਸ ਆਪਣੇ ਭਈਏ ਨੂੰ ਛੱਡੋ ਅਤੇ ਆਪਾਂ ਲੈ ਕੇ ਰੱਬ ਦਾ ਨਾਂ ਅੱਜ ਦੀ ਆਪਣੀ ਜਿਹੜੀ ਮੇਨ ਗੱਲ ਆ ਉਹ ਕਰਦੇ ਹਾਂ ਸਟਾਰਟ ਆਪਣੀ ਫੋਰਡ ਐਂਡੈਵਰ 'ਤੇ ਅਤੇ ਜਿੰਨੇ ਵੀ ਫੈਨ ਬਾਈ ਆ ਫੋਰਡ ਐਂਡੈਵਰ ਦੇ ਆ ਮੇਰਾ ਬਾਈ ਕਮੈਂਟ ਜ਼ਰੂਰ ਕਰਿਆ ਇੱਕ ਵਾਰੀ ਅਤੇ ਐਂਡ 'ਤੇ ਆਪਾਂ ਇੱਕ ਚੀਜ਼ ਵੀ ਲੈਣ ਜਾਣਾ ਬਾਈ ਉਹ ਮੈਂ ਤੁਹਾਨੂੰ ਐਂਡ 'ਤੇ ਦੱਸੂ ਸਰਪ੍ਰਾਈਜ਼ ਆ ਸੋ ਫਿਲਹਾਲ ਆਪਾਂ ਬਾਈ ਇਹਨੂੰ ਪਾਉਂਦੇ ਹਾਂ ਉਹ ਉੱਥੇ ਪਹਾੜ ਦੇ ਉੱਤੇ ਪਹਿਲਾਂ ਇਹਦੀ ਆਫ ਰੋਡਿੰਗ ਅੱਜ ਕਰਦੇ ਹਾਂ ਆਪਾਂ ਅਤੇ ਫਿਰ ਦੇਖਦੇ ਹਾਂ ਕਿਹੜਾ ਸਰਪ੍ਰਾਈਜ਼ ਹੋਊਗਾ ਆਪਣੇ ਲਈ ਇਹ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਨੂੰ ਬਾਈ ਮਾਈਕਲ ਕਹਿੰਦਾ ਸੀ ਮਾਈਕਲ ਜੱਟ ਆਪਣੀ ਫੈਮਿਲੀ ਨਾਲ ਬਾਈ ਆਇਆ ਗਾ ਪਹਾੜ ਦੇ ਉੱਤੇ ਮਨੋਰੰਜਨ ਕਰਨ ਜਿੱਧਰ ਆਪਾਂ ਜਾਂਦੇ ਪਏ ਹਾਂ ਸੋ ਆਪਣੀ ਨਾਲੇ ਆਫ ਰੋਡਿੰਗ ਹੋਜੂਗੀ ਇੱਧਰ ਟੈਸਟ ਅਤੇ ਨਾਲੇ ਆਪਣਾ ਮਾਈਕਲ ਜੱਟ ਨੂੰ ਮਿਲਾਂਗੇ ਬਾਈ ਕਿਉਂਕਿ ਫਰੈਂਕਲੀ ਨੂੰ ਤਾਂ ਆਪਾਂ ਮਿਲਦੇ ਰਹਿੰਦੇ ਹਾਂ ਫਰੈਂਕਲੀ ਨੂੰ ਆਪਾਂ ਨਿਊ ਹਲੈਂਡ ਲੈ ਕੇ ਦਿੱਤਾ ਸੀ ਟਰੈਕਟਰ ਅਤੇ ਮਾਈਕਲ ਨੂੰ ਨਹੀਂ ਮਿਲੇ ਬਾਈ ਸੋ ਮਾਈਕਲ ਆਪਣੀ ਫੈਮਿਲੀ ਨਾਲ ਬਾਈ ਇੱਧਰ ਆਇਆ ਗਾ ਘੁੰਮਣ ਪਹਾੜ ਦੇ ਉੱਤੇ ਸੋ ਨਾਲੇ ਉਹਨੂੰ ਮਿਲਾਂਗੇ ਅਤੇ ਨਾਲੇ ਉਹ ਤੋਂ ਪੁੱਛ ਲਾਂਗੇ ਬਾਈ ਕਿਹੜਾ ਸਰਪ੍ਰਾਈਜ਼ ਆ ਅਤੇ ਬਾਕੀ ਉਹਨਾਂ ਟਾਈਮ ਮੁੰਡੋ ਜਿੰਨੇ ਵੀ ਜਾਣੇ ਮੇਰੇ ਭਰਾ ਦੇਖਦੇ ਪਏ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ ਪਰ ਮੈਨੂੰ ਰਸਤਿਆਂ ਦਾ ਪਤਾ ਨਹੀਂ ਬਾਈ ਕਿਉਂਕਿ ਹੁਣ ਜਿਹੜੇ ਰਸਤੇ ਰਾਹੀਂ ਆਪਾਂ ਜਾਂਦੇ ਹੁੰਦੇ ਹਾਂ ਉਹ ਰਸਤਾ ਤਾਂ ਬਾਈ ਹੁਣ ਬਰਫ਼ ਨਾਲ ਖਰਾਬ ਹੋਇਆ ਹੋਣਾ ਕਿਉਂਕਿ ਬਰਫ਼ ਯੂਰਪ ਵਾਲੀ ਬਰਫ਼ ਨਹੀਂ ਬਾਈ ਇਹ ਕਨੇਡਾ ਵਾਲੀ ਬਰਫ਼ ਆ ਦੇਖੋ ਤੁਸੀਂ 3-3 ਫੁੱਟ ਬਰਫ਼ ਪਈ ਪਈ ਆ ਪਰ ਗੱਡੀ ਆਪਣੇ ਕੋਲ ਮਾੜੀ ਨਹੀਂ ਬਾਈ ਗੱਡੀ ਵੀ ਆਪਣੇ ਕੋਲ ਘੈਂਟ ਆ ਪਰ ਜਾਂਦੇ ਹਾਂ ਦੇਖਦੇ ਹਾਂ
ਤੇ ਨਾਲੇ ਆਪਾਂ ਦੇਖਣਾ ਇਹ ਆ ਮੁੰਡਿਓ ਕਿਉਂਕਿ ਬਰਫ਼ 'ਚ ਆਪਾਂ ਮੈਨੂੰ ਲੱਗਦਾ ਕਦੇ ਨਹੀਂ ਲੈ ਕੇ ਗਏ ਪਰ ਕਿੰਨਾ ਚਿੱਟਾ ਲੱਗਦਾ ਪਿਆ ਤੁਹਾਨੂੰ ਸਹੀ ਲੱਗਦਾ ਪਿਆ ਬਈ ਮੈਨੂੰ ਇਹ ਤਾਂ ਹੈਰਾਨ ਆ ਤੁਹਾਨੂੰ ਚਿੱਟੀ ਜਿਹੀ ਗੱਡੀ ਦਿਖਦੀ ਹੋਣੀ ਆ ਹੋਰ ਤਾਂ ਕੁਛ ਮੈਨੂੰ ਲੱਗਦਾ ਤੁਹਾਨੂੰ ਦਿਖਦਾ ਨਹੀਂ ਹੋਣਾ ਪਰ ਜਿੰਨਾ ਵੀ ਦਿਖਦਾ ਬਈ ਤੁਸੀਂ ਕਿਹਾ ਸੀ ਬਾਈ ਬਰਫ਼ 'ਚ ਲੈ ਕੇ ਆਇਓ ਵੀਡੀਓ ਤੁਹਾਡੇ ਲਈ ਬਾਈ ਬਰਫ਼ 'ਚ ਹੀ ਲੈ ਕੇ ਆਉਂਦੀ ਆ ਹੁਣ ਆਪਾਂ ਸੋ ਬਰਫ਼ 'ਚ ਗੱਡੀ ਤਿਲਕਦੀ ਬਹੁਤ ਆ ਮੈਨੂੰ ਪਤਾ ਅਤੇ ਬਰਫ਼ 'ਤੇ ਆਪਾਂ ਕਦੇ ਵੀ ਬਾਈ ਪਹਾੜ ਦੇ ਉੱਤੇ ਨਹੀਂ ਲੈ ਕੇ ਗਏ ਗੱਡੀਆਂ ਸੋ ਇਹ ਆਪਾਂ ਚੈੱਕ ਕਰਨਾ ਇਹਦੇ ਟਾਇਰ ਉੱਥੇ ਸਲਿੱਪ ਮਾਰਨਗੇ ਜਾਂ ਨਹੀਂ ਚਲੋ ਹੁਣ ਰੇਸ 'ਚ ਹੀ ਖਿੱਚਦਾ ਮੈਂ ਇਹਦੀ ਬਾਈ ਬਾਈ ਕਰਤਾ ਸੀ ਨੁਕਸਾਨ ਬਾਈ ਬਰਫ਼ 'ਚ ਗੱਡੀ ਕੌਣ ਭਜਾਉਂਦਾ ਹੁੰਦਾ ਮੁੰਡੇ ਬਰਫ਼ 'ਚ ਗੱਡੀ ਕੌਣ ਭਜਾਉਂਦਾ ਹੁੰਦਾ ਪੁਲਿਸ ਵਾਲਿਓ ਕੁਛ ਨਹੀਂ ਦੇਖਿਆ ਤੁਸੀਂ ਥੈਂਕ ਯੂ ਬਾਈ ਬਰਫ਼ 'ਚ ਗੱਡੀ ਬਾਕੀ ਤਿਲਕਦੀ ਇਹ 'ਚ ਦੇਖਿਓ ਮੈਂ ਬ੍ਰੇਕ ਲਾਉਂਦਾ ਬੱਲੇ ਤਿਲਕਦੀ ਆ ਗਾਈਸ ਪਰ ਚਲੋ ਕੋਈ ਚੱਕਰ ਨਹੀਂ ਮੁੰਡਾ ਆਪਾਂ ਹੁਣ ਜਿਹੜੇ ਕੰਮ ਜਾਣਾ ਉਹ ਤਾਂ ਜਾਣਾ ਹੀ ਆ ਪਰ ਬਾਈ ਓਏ ਓਏ ਥੋੜੀ ਬੱਲੇ 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 ਬਚ ਗਏ ਬਚ ਗਏ ਬਚ ਗਏ ਮੁੰਡਿਓ ਚੜ ਜਾ ਚੜ ਜਾ ਚੜ ਜਾ ਝੂਟੀਏ ਅਸੀਂ ਸਕਾਰਪੀਓ ਛੱਡ ਕੇ ਤੈਨੂੰ ਲਿਆਂਦਾ ਅੱਜ ਲੱਸੀ ਨਾ ਕਰਾ ਦੀ ਇੱਥੇ ਭਾਈ ਰਸਤਾ ਆਹੀ ਆ ਰਸਤਾ ਮੁੰਡਿਓ ਆਹੀ ਆ ਨਾ ਪਹਾੜ ਵਾਲਾ ਪਿਛਲੀ ਵਾਰੀ ਆਪਾਂ ਉੱਧਰ ਦੀ ਗਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਐਨਕੀ ਆਪਾਂ ਇੱਧਰ ਦੀ ਆਉਣਾ ਬਈ ਅਤੇ ਹਿਰਨਾ ਹੁਰਨਾ ਲੂੰਬੜੀਆਂ ਲਾਂਬੜੀਆਂ ਸਾਰਾ ਕੁਝ ਫਿਰਦਾ ਇੱਥੇ ਪਰ ਬਰਫ਼ ਬਾਈ ਜ਼ਿਆਦਾ ਹੀ ਪਈ ਆ ਐਵੇਂ ਮੈਂ ਤੁਹਾਨੂੰ ਇੱਥੇ ਝੂਠ ਬੋਲਾਂ ਬਰਫ਼ ਜ਼ਿਆਦਾ ਪਈ ਆ ਬਈ ਸਟੀਅਰਿੰਗ ਦੇਖੋ ਕਿੱਦਾਂ ਕੰਮ ਦਾ ਜਾਂ ਗੱਡੀ ਦੀ ਸਪੀਡ ਚੈੱਕ ਕਰਿਓ ਅੰਦਰ ਲਾਈਟਾਂ ਲੂਟਾਂ ਜਗਾ ਲੈਂਦੇ ਆਪਾਂ ਇਸ਼ਾਰੇ ਕਿੰਨੇ ਗੇਅਰ ਆ ਇਹਦੇ ਹੋਏ 5 ਹੀ ਗੇਅਰ ਆ ਬਈ ਉਹ ਮੈਂ ਜ਼ਿਆਦਾ ਸੋਚਦਾ ਸੀ ਬਾਬੇ ਬ੍ਰੇਕ ਤਾਂ ਹੈਗੇ ਆ ਬਾਈ ਬ੍ਰੇਕ ਤਾਂ ਪੂਰੇ ਆ ਹੈਗੀ ਆ ਬਾਈ ਜਾਨ ਤਾਂ ਹੈਗੀ ਆ ਗੱਡੀ 'ਚ ਪਰ ਹੁਣ ਪਤਾ ਲੱਗੂਗਾ ਬਾਈ ਕਿਉਂਕਿ ਰਸਤੇ ਆਪਣਿਆਂ ਨੂੰ ਤੁਹਾਨੂੰ ਪਤਾ ਸਾਰੇ ਯਾਦ ਹੋਏ ਪਏ ਆ ਸੋ ਆ ਰਿਹਾ ਆ ਰਿਹਾ ਆ ਕੱਚਾ ਰਸਤਾ ਦੇਖਦਾ ਬਾਈ ਤੁਹਾਨੂੰ ਆਹ ਜਿਹੜਾ ਰਸਤਾ ਇਹ ਰਸਤੇ ਉੱਤੋਂ ਦੀ ਜਾਣਾ ਆਪਾਂ ਪਰ ਬਰਫ਼ ਨੇ ਚਿੱਟਾ ਚਿੱਟਾ ਕੀਤਾ ਪਿਆ ਬਾਈ ਸਾਰਾ ਕੁਛ ਪਰ ਟਾਈਮ ਹਜੇ ਕੁਛ ਨਹੀਂ ਹੋਇਆ ਮੁੰਡੇ ਪਰ ਇੱਦਾਂ ਲੱਗਦਾ ਜਿੱਦਾਂ ਰਾਤ ਨੂੰ ਜਾਂਦੇ ਹੁੰਦੇ ਆਪਾਂ ਪਰ ਕੋਈ ਗੱਲ ਨਹੀਂ ਜਾਣਾ ਤਾਂ ਜਾਣਾ ਪਰ ਆਹ 3 ਲੀਟਰ ਇੰਜਣ ਆ ਬਾਈ ਇਹ ਚੋਏ ਕਹਿੰਦੇ ਝੋਟੀ ਕਿੱਥੇ ਦੱਬਦੀ ਆ ਇਹਦੀ ਪਾਵਰ ਦਾ ਹੁਣੇ ਪਤਾ ਲੱਗ ਜੂ ਇਹ ਤਾਂ ਦੇਖੋ ਬ੍ਰੇਕ ਲਾਏ ਆ ਮੇਰੇ ਦੇਖੋ ਰੋਡ ਦੀ ਮੰਨਦੇ ਬਾਈ ਪਹਿਲਾਂ ਗੇਅਰ ਆ ਬ੍ਰੇਕ ਲਾਏ ਆ ਮੇਰੇ ਵੈਸੇ ਉੱਧਰ ਟਾਇਰ ਚੈੱਕ ਲਾਈਟਾਂ ਚੈੱਕ ਕਰ ਸਕਦੇ ਤੁਸੀਂ ਹੁਣ ਦੇਖਿਓ ਆਲੀ ਪਾਵਰ ਆ ਬਾਈ ਇਹ ਚਾਹ ਗੱਡੀ ਚ ਆਲੀ ਪਾਵਰ ਆ ਮੁੰਡਿਓ ਤਾਂ ਆਪਾਂ ਇਹਨੂੰ ਲੈ ਕੇ ਆਉਂਦਾ ਬਾਈ ਉਹ ਡਰਾਈਵਰ ਕਹਿੰਦੇ ਇਹਨੂੰ ਝੂਟੀ ਕਹਿੰਦੇ ਇਹਨੂੰ ਪਹਿਲੇ ਗੇਅਰ 'ਚ ਹੀ ਮੰਨਦੇ ਇੱਧਰ ਦੇਖਿਓ ਜਦੋਂ ਮੈਂ ਇੱਥੋਂ ਕੱਢ ਲਈਏ ਪਹਿਲਾਂ ਹੋਰ ਨਾ ਇੱਥੇ ਤਿਲਕੀ ਜਾਵੇ ਦੂਜਾ ਪਾ ਲਿਆ ਹੁਣ 4x4 ਆ ਬਾਈ ਯਾਰ ਇਹਨੂੰ ਕੋਈ ਹੈਗੀ ਪ੍ਰੋਬਲਮ ਯਾਰ ਚੈੱਕ ਕਰੋ ਤੁਸੀਂ ਪਰ ਆਏ ਹਾਏ ਹਾਏ ਓਏ ਕਿੰਨਾ ਸੋਹਣਾ ਵੈਦਰ ਓਏ ਨਾਲੇ ਤੁਹਾਨੂੰ ਬਾਈ ਮਾਈਕਲ ਜੱਟ ਹੁਣਾਂ ਨਾਲ ਮਿਲਾਉਣਾ ਹੈਗਾ ਉੱਪਰ ਆ ਜਾਓ ਆਪਣੀ ਫੈਮਿਲੀ ਨੂੰ ਲੈ ਕੇ ਸ਼ਾਬਾਸ਼ ਦੀਪਿਆ ਨਹੀਂ ਰੀਸਾਂ ਤੇਰੀਆਂ ਬਾਈ ਨਹੀਂ ਰੀਸਾਂ ਤੇਰੀਆਂ ਕਿੱਧਰ ਪਾਲੀ ਓ ਕਿੱਧਰ ਪਾਲੀ ਸੀ ਗੱਡੀ ਕਰਤਾ ਨੁਕਸਾਨ ਬਾਈ ਕਰਤਾ ਨੁਕਸਾਨ ਜਿਹੜੀ ਗੱਲ ਤੋਂ ਡਰਦੇ ਸੀ ਉਹੀ ਗੱਲ ਹੋਈ ਗੱਡੀ ਆਪਣੀ ਸਾਰਾ ਕੁਛ ਵਧੀਆ ਸੀ ਬਾਈ ਉਹੀ ਗੱਲ ਆ ਨਾ ਜੇ ਚੀਜ਼ ਵਧੀਆ ਵੀ ਹੋਵੇ ਆਪਣੇ ਨੂੰ ਚਲਾਉਣੀ ਤਾਂ ਫਿਰ ਵੀ ਨਹੀਂ ਆਉਣੀ ਪਰ ਆ ਇੱਥੋਂ ਹੀ ਚੜ ਗਈ ਨਾ ਫਿਰ ਬਾਈ ਆ ਪਾਸ ਆਏ ਇਹ ਗੱਡੀ ਨੇ ਮੈਨੂੰ ਲੱਗਦਾ ਫਿਰ ਬਾਈ ਉਹ ਥਾਰ ਵੀ ਫੇਲ ਕਰਤੀ ਆ ਚੈੱਕ ਕਰੋ ਨਹੀਂ ਡਰਾਈਵਰ ਆ ਨਹੀਂ 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 ਜਾਣਾ ਨਹੀਂ ਇੱਥੋਂ ਥੱਲੇ ਨਹੀਂ ਜਾਣਾ ਪਲੀਜ਼ ਯਾਰ ਬਰਫ਼ ਪਈ ਆ ਭਰਾਵੋ ਹੌਲੀ ਹੌਲੀ ਕੱਟੀ ਲਓ ਵੀ ਮੁੰਡੇ ਕਰਦੇ ਕਰਾਉਂਦੇ ਮੈਨੂੰ ਲੱਗਦਾ ਜੇ ਹੁਣ ਇੱਥੋਂ ਵੀ ਨਾ ਚੜ੍ਹੀ ਨਾ ਫਿਰ ਤਾਂ ਬਸ ਆਪਣਾ ਕੰਮ ਖਰਾਬ ਆ ਸ਼ੁਕਰ ਆ ਬਾਈ ਸ਼ੁਕਰ ਆ ਸ਼ੁਕਰ ਆ ਪਰ ਆਪਣੀ ਗੱਡੀ ਦਾ ਦੇਖਿਓ ਕੀ ਹਾਲ ਹੋ ਗਿਆ ਬਾਈ ਨੰਬਰ ਪਲੇਟ ਵੀ ਤੋੜਤੀ ਹੁਣ ਨੁਕਸਾਨ ਜ਼ਿਆਦਾ ਕਰਤਾ ਪਰ ਚਲੋ ਛੱਡੋ ਪਰ ਬਾਈ ਆਹ ਗੱਡੀ 'ਚ ਪਾਵਰ ਹੈਗੀ ਕਰਕੇ ਨਾ ਪਰ ਸ਼ੀਸ਼ੇ ਸ਼ੂਸ਼ੇ ਵੀ ਬਾਈ ਸਾਰਾ ਕੁਛ ਟੁੱਟ ਗਿਆ ਹੈ ਬਰਫ਼ 'ਚ ਵਾਕਈ ਕੰਮ ਔਖਾ ਮੁੰਡੇ ਬਰਫ਼ 'ਚ ਵਾਕਈ ਕੰਮ ਔਖਾ ਕਿਉਂਕਿ ਸਟੀਅਰਿੰਗ ਬਹੁਤ ਤਿਲਕਦਾ ਪਿਆ ਬਾਈ ਟਾਇਰ ਬਹੁਤ ਤਿਲਕਦੇ ਪਏ ਆ
ਜਦੋਂ ਟਾਇਰ ਤਿਲਕਦੇ ਆ ਬਈ ਸਟੀਅਰਿੰਗ ਵੀ ਇਦਾਂ ਇਦਾਂ ਹਿੱਲਦਾ ਆਪਣੇ ਆਪ ਹੀ ਪਰ ਪਹਿਲੇ ਗੇਅਰ 'ਚ ਹੀ ਲੈ ਕੇ ਜਾਣਾ ਇਹਨੂੰ ਆਪਾਂ ਕਿਉਂਕਿ ਜੇ ਹੁਣ ਥੱਲੇ ਡੈਗ ਪਈ ਨਾ ਬਈ ਗੱਡੀ ਦਾ ਕੁਛ ਨਹੀਂ ਬਚਣਾ ਇਹ ਤੁਸੀਂ ਸ਼ੁਕਰ ਕਰੋ ਇਹਦਾ ਟਾਇਰ ਨਹੀਂ ਵਿੰਗੇ ਹੋਏ ਬੋਡੀ ਵਿੰਗੀ ਹੋਊਗੀ ਜੇ ਟਾਇਰ ਵਿੰਗੇ ਹੋ ਜਾਂਦੇ ਬਈ ਫਿਰ ਤਾਂ ਤੁਰ ਕੇ ਜਾਣਾ ਪੈਣਾ ਸੀ ਆਪਣੇ ਨੂੰ ਪਹਾੜ 'ਤੇ ਪਰ ਮੁੜਿਓ ਇਹ ਕੰਮ ਔਖਾ ਬਈ ਇਹ ਤੁਸੀਂ ਗੱਲ ਔਖੀ ਦੱਸੀ ਮੈਨੂੰ ਬਰਫ਼ 'ਚ ਲੈ ਕੇ ਜਾਓ ਉੱਪਰ ਪਰ ਔਖਾ ਬਰਫ਼ ਵਾਲਾ ਸਿਸਟਮ ਔਖਾ ਬਰਫ਼ ਵਾਲਾ ਸਿਸਟਮ ਔਖਾ ਬਰਫ਼ ਵਾਲਾ ਸਿਸਟਮ ਔਖਾ ਬਈ ਆਏ ਹਾਏ ਲੋ ਗੇਅਰ 'ਚ ਵਧੀਆ ਜਾਂਦੀ ਆ ਬਈ ਲੋ ਨੂੰ ਇਹ ਟਰੈਕਟਰ ਆ ਬਈ ਮੈਂ ਵੀ ਕਲੋਲਾ ਹੀ ਕਰਦਾ ਆਹ ਦੇਖੋ ਹੌਲੀ ਹੌਲੀ ਜੇ ਰੇਸ ਦਿੰਦੇ ਨਾ ਇੱਧਰ ਇੱਕ ਮੰਨਦੇ ਲੈ ਈਜ਼ੀ ਬਈ ਅਤੇ ਲੋ ਵੀ ਮੁੰਡੇ ਆਪਾਂ ਪਹੁੰਚਣ ਵਾਲੇ ਹੀ ਹਾਂ ਅਤੇ ਦੇਖਦੇ ਹਾਂ ਆਪਣਾ ਜੱਟ ਕੀ ਲੈ ਕੇ ਆਇਆ ਹੋਊਗਾ ਆਪਣੇ ਲਈ ਆਪਣਾ ਕੀ ਨਾਂ ਗਾ ਉਹਦਾ ਮਾਈਕਲ ਜੱਟ ਦਾ ਸੋ ਇਹ ਤਾਂ ਉੱਥੇ ਜਾ ਕੇ ਪਤਾ ਲੱਗਣਾ ਬਈ ਔਰ ਉਦੋਂ ਪਹਿਲਾਂ ਜਿੰਨੇ ਵੀ ਮੇਰੇ ਬਾਈ ਦੇਖੀ ਜਾਂਦੇ ਗਾਈਸ ਲਾਈਕ ਜ਼ਰੂਰ ਕਰ ਦਿਓ ਜੇ ਆਪਣੀ ਡਰਾਈਵਰੀ ਅਤੇ ਆਪਣੀ ਆ ਗੱਡੀ ਤੁਹਾਨੂੰ ਵਧੀਆ ਲੱਗੀ ਉਹ ਵੀ ਇਹਦੇ ਅਸਲੀ ਸਟੀਅਰਿੰਗ ਨਾਲ ਚਲਾਉਣ ਦਾ ਜਿਹੜਾ ਸਵਾਦ ਹੈ ਨਾ ਬਈ ਉਹ ਮੈਂ ਹੁਣ ਤੁਹਾਨੂੰ ਕਿੱਦਾਂ ਦੱਸਾਂ ਗੱਲਾਂ ਵਿੱਚ ਪਰ ਜਿਹਨੇ ਵੀ ਬਈ ਇਹ ਜੀ ਟੀ ਏ ਆਪਣੇ ਸਟੀਅਰਿੰਗ ਨਾਲ ਖੇਡੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੈਂ ਆਪਣਾ ਤੁਸੀਂ ਮੈਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਜ਼ਰੂਰ ਕਰਿਓ ਕਿੱਦਾਂ ਦੀ ਲੱਗਦੀ ਹੈ ਸੋ ਆਪਣੇ ਲਈ ਤਾਂ ਬਈ ਆਫ ਰੋਡਿੰਗ ਇਹੀ ਕੰਮ ਹੋਇਆ ਪਿਆ ਹੁਣ ਔਖਾ ਹਾਏ 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 ਬਚ ਗਏ ਬਚ ਗਏ ਬਚ ਗਏ ਬਰਫ਼ 'ਚ ਔਖਾ ਕੰਮ ਆ ਮੁੜਿਓ ਪਰ ਪਹਾੜ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਉਹ ਦੇਖਦੀ ਪਈ ਕੋਟੀ ਨੂੰ ਇੱਦਾਂ ਲੱਗਦਾ ਜਿੱਦਾਂ ਆਪਾਂ ਹਿਮਾਲਿਆ ਪਰਬਤ 'ਤੇ ਜਾਂਦੇ ਹੁੰਦੇ ਕਿੰਨੀ ਸੋਹਣੀ ਪਹਾੜ ਲੱਗਦੀ ਉਹ ਬਰਫ਼ ਨਾਲ ਅਰੇ ਬਾਈ ਉਹ ਵੀ ਗੱਲਬਾਤ ਬਾਈ ਲਓ ਵੀ ਮੁੰਡਿਓ ਫਾਈਨਲੀ ਆਪਾਂ ਪਹੁੰਚਣ ਵਾਲੇ ਹੀ ਹਾਂ ਇਹਨੂੰ ਮੈਂ ਜ਼ਿਆਦਾ ਉੱਪਰ ਨਹੀਂ ਲੈ ਕੇ ਜਾਣਾ ਕਿਉਂਕਿ ਮਾਈਕਲ ਦੇ ਸਾਹਮਣੇ ਬਾਈ ਆਹ ਗੱਡੀ ਨਹੀਂ ਦਿਖਾਉਣੀ ਉਹਨੇ ਗਾਲਾਂ ਕੱਢੀਆਂ ਆਪਣਿਆਂ ਨੂੰ ਮੈਂ ਕਹਿੰਦਾ ਦੇਖ ਕਿੱਦਾਂ ਤੋੜ ਕੇ ਲਿਆਂਦੀ ਇਹਨੂੰ ਕੀ ਹੋ ਗਿਆ ਅਰੇ ਬਾਈ 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 ਉਹ ਥੱਲੇ ਥੱਲੇ ਨਜ਼ਾਰਾ ਦੇਖੋ ਬਾਈ ਉੱਪਰ ਜਾ ਕੇ ਦਿਖਾਉਂਦਾ ਤੁਹਾਨੂੰ ਮੁੰਡੇ ਤੁਰ ਪਾ ਬਾਬਾ ਤੁਰ ਪਾ ਤੁਰ ਪਾ ਤੁਰ ਪਾ ਕੀ ਹੋ ਗਿਆ ਯਾਰ ਬਾਈ ਇਹਨੂੰ ਕੀ ਹੋ ਗਿਆ ਗੱਡੀ ਨੂੰ ਇਹ ਬ੍ਰੇਕ 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 ਪਿੱਛੋਂ ਭਜਾਉਂਦਾ ਇੰਜਣ ਤਾਂ ਨਹੀਂ ਖਰਾਬ ਹੋ ਗਿਆ ਰੇਸ ਦਿੱਤੀ ਆ ਪੂਰੀ ਮੈਂ ਦੂਜਾ ਗੇਅਰ ਵਾਏ 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 ਕਾਟੋ ਕਾਤੂ ਓਏ ਐਂਡ ਤੇ ਆਏ ਆ ਬੁਕੀ ਉਦੋਂ ਨਾ ਕਰ ਓਏ ਇਦਾਂ ਨਾ ਕਰ ਪਲੀਜ਼ ਇਦਾਂ ਨਾ ਕਰ ਇਦਾਂ ਨਾ ਕਰ ਇਦਾਂ ਨਾ ਕਰ ਪਿੱਛੋਂ ਭਜਾਉਣੀ ਪੈਣੀ ਆ ਓਏ ਯਾਰ ਆਹ ਤਾਂ ਗੱਲ ਗਲਤ ਆ ਆਹ ਗੱਲ ਗਲਤ ਆ ਮੈਂ ਅੱਗੇ ਨੂੰ ਕੀਤਾ ਪਿਆ ਆਹ ਗੱਲ ਗਲਤ ਆ ਸਾਡਾ ਸਰਪ੍ਰਾਈਜ਼ ਤਾਂ ਰਹਿ ਗਿਆ ਵਿੱਚ ਆਹ ਗੱਲ ਗਲਤ ਆ ਸਟੀਅਰਿੰਗ ਦੇਖੋ ਆਫ ਰੋਡਿੰਗ ਫੇਲ ਡਰਾਈਵਰ ਗਈ 47 ਲੱਖ ਦੀ ਗੱਡੀ ਬਾਈ ਚਕਣਾ ਚੂਰ ਕਰਤੀ ਹੁਣ ਇਹਨੂੰ ਇੱਦਾਂ ਕਿੱਥੋਂ ਕੱਢਾਂਗੇ ਇਹਨੂੰ ਹੁਣ ਕਿੱਦਾਂ ਕੱਢਾਂਗੇ ਬਾਈ ਇੱਥੇ ਕਿੱਥੇ ਡੈਗ ਪਈ ਓਏ ਕੀ ਕਰੀਏ ਯਾਰ ਗਾਈਸ ਕੀ ਕਰੀਏ ਬਾਈ ਕੀ ਕਰੀਏ ਕੀ ਕਰੀਏ ਬਾਈ ਕੀ ਕਰੀਏ ਮੁੰਡਿਓ ਕਹਿੰਦਾ ਕੰਮ ਹੁਣ ਕਸੂਤਾ ਹੋ ਗਿਆ ਆਪਾਂ ਉੱਥੋਂ ਡਿੱਗੇ ਚੱਕ ਕਰੋ ਬਾਈ ਪਰ ਆਹ ਗੱਲ ਗਲਤ ਆ ਮਾਈਕਲ ਜੱਟ ਦਾ ਸਰਪ੍ਰਾਈਜ਼ ਵਿੱਚ ਹੀ ਰਹਿ ਗਿਆ ਬਾਈ ਕੋਈ ਨਾ ਅਗਲੇ ਐਪੀਸੋਡ ਵਿੱਚ ਸਹੀ ਇੱਥੋਂ ਹੀ ਆਪਾਂ ਗੱਡੀ ਚੱਕਾਂਗੇ ਅਗਲੇ ਐਪੀਸੋਡ ਵਿੱਚ ਪਰ ਜੇ ਅੱਜ ਦੀ ਬਾਈ ਆਪਣੀ ਆਫ ਰੋਡਿੰਗ ਤੁਹਾਨੂੰ ਵਧੀਆ ਲੱਗੀ ਮੇਰੇ ਬਾਈ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਮੈਂ ਇਹਦਾ ਪਾਵਾਂ ਭੋਗ ਬਾਈ ਅਤੇ ਇੱਥੋਂ ਕੱਢ ਲਾਂਗੇ ਬਾਈ ਨਹੀਂ ਨਿਕਲਣੀ ਬਾਈ ਇੱਥੋਂ ਨਹੀਂ ਨਿਕਲਣੀ ਯਾਰ ਮੁੜੋ ਕਮੈਂਟ ਕਰਕੇ ਦੱਸਿਓ ਇਦੋਂ ਅੱਗੇ ਕੀ ਹੋਊਗਾ ਯਾਰ ਇਦੋਂ ਅੱਗੇ ਕੀ ਕਰੀਏ ਗੱਡੀ ਨੂੰ ਆਪਾਂ ਕੱਢੀਏ ਰਿਪੇਅਰ ਤਾਂ ਕਰੀਏ ਜਾਂ ਪਰ ਉੱਪਰ ਹੁਣ ਆਪਾਂ ਕਿੱਦਾਂ ਜਾਵਾਂਗੇ ਇੰਨੀ ਬਰਫ਼ 'ਚ ਬਾਈ ਕੋਈ ਨਹੀਂ ਦੇਖਦਾ ਪਿਆ ਇੱਥੇ ਆਪਣਾ ਨੂੰ ਸੋ ਮੈਨੂੰ ਫੋਨ ਲਾਉਣਾ ਪੈਣਾ ਜਾਂ ਕਿਸੇ ਹੋਰ ਨੂੰ ਅਰੇ ਬਾਈ ਕਲੋਲਾ ਹੋ ਗਿਆ ਮੁੰਡਿਓ ਸਾਡੀ ਆਫ ਰੋਡਿੰਗ ਫੇਲ ਮਿਲਦੇ ਹਾਂ ਬਾਈ ਅਗਲੇ ਐਪੀਸੋਡ ਵਿੱਚ ਸਾਡੇ ਨਾਲ ਇਹੀ ਹੁੰਦਾ ਪਿਆ ਰੱਬ ਰੱਖਾ ਯਾਰ ਮੈਂ ਵੀ ਚੱਲਾਂ ਯਾਰ ਫ੍ਰੈਂਕਲੀ ਨੂੰ ਫੋਨ ਲਾ ਕੇ ਆਉਂਦਾ ਯਾਰ